ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਤਾਂ ਅੱਜ ਅਸੀਂ ਹਲਕਾ ਮਲੋੜ ਦੇ ਵਿੱਚ ਆ ਸਾਡੇ ਨਾਲ ਇੱਕ ਬੱਚੀ ਆ ਜੋ ਪਲੱਸ 2 ਦੇ ਵਿੱਚ ਪੜ੍ਹਦੀ ਆ ਆਮ ਆਦਮੀ ਪਾਰਟੀ ਦੀ ਪ੍ਰਚਾਰ ਕਰ ਰਹੀ ਆ ਰੀਨੂ ਸਿੱਖੋ ਗੱਲਬਾਤ ਕਰਾਂਗੇ ਅਸੀਂ ਇਹਨਾਂ ਨਾਲ ਬੇਟੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਸਾਡੇ ਥਿੱਕੇ ਪਹੁੰਚੇ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰ ਰਹੇ ਹੋ ਕੀ ਦੇਖਿਆ ਤੁਸੀਂ ਜਿਹੜਾ ਇਸ ਇਸ ਪਾਸੇ ਆਇਓ ਕਿਉਂਕਿ ਅੰਕਲ ਇੱਕ ਤਾਂ ਮੇਨ ਗੱਲ ਭਗਵੰਤ ਸਿੰਘ ਮਾਨ ਨੇ ਜੋ ਉਹ ਵੀ ਆਪਣੇ ਵਾਂਗੂ ਇੱਕ ਆਮ ਇਨਸਾਨ ਨੇ ਆਪਣੇ ਸਭ ਦੁੱਖ ਦਰਦਾਂ ਦੇ ਵਿੱਚੋਂ ਟੱਪੇ ਹੋਏ ਨੇ ਤੇ ਜਿਵੇਂ ਬਾਕੀ ਦੋ ਰਵਾਇਟੀ ਪਾਰਟੀਆਂ ਦੀ ਆਪਾਂ ਗੱਲ ਕਰ ਸਕਦੇ ਉਹ ਰਜਵਾੜੇ ਖਾਨਦਾਨ ਨੇ ਉਹ ਆਪਣੀ ਆਮ ਸਮੱਸਿਆ ਨਹੀਂ ਸਮਝ ਸਕਦੇ ਕਦੇ ਵੀ ਜਿਹੜਾ ਇਸ ਪਾਸੇ ਤੁਸੀਂ ਆਏ ਹੋ ਹਾਂਜੀ ਪੰਜਾਬ ਦਾ ਨੌਜਵਾਨ ਅਜ ਕਿੱਧਰ ਜਾ ਰਿਹਾ ਹੈ ਤੁਸੀਂ ਤੁਸੀਂ ਜਿਹੜਾ ਇਸ ਪਾਸੇ ਬਲ ਆਏ ਹੋ ਕੀ ਕਰਨ ਹੈ ਵੇਖੋ ਅੰਗਲੇ ਜਿੱਦ ਮੈਂ ਪਲੱਸ 2 ਦੇ ਵਿੱਚ ਹੀ ਪੜ ਰਹੀ ਆ ਆਪ ਦੀ ਸਟੱਡੀ ਕੰਟੀਨਿਊ ਕਰ ਰਹੀ ਆ ਆਪਣੇ ਪੰਜਾਬ ਦੇ ਹਾਲਾਤ ਇੰਨੇ ਕੁ ਮਾੜੇ ਹੋ ਗਏ ਤੁਸੀਂ ਇਹ ਸੋਚੋ ਜੇ ਮੈਨੂੰ ਇੱਥੇ ਉਤਰਨ ਦੀ ਅੱਜ ਹੀ ਲੋੜ ਪੈ ਗਈ ਤਾਂ ਆਪਣਾ ਪੰਜਾਬ ਕਿੰਨਾ ਹਾਲਾਤਾਂ 'ਚ ਹੋਊਗਾ ਅੱਜ ਇੱਥੋਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਬੇਰੋਜ਼ਗਾਰ ਹੋਏ ਫਿਰਦੇ ਨੇ ਜੇ ਰੁਜ਼ਗਾਰ ਮੰਗਦੇ ਵੀ ਉਹਨਾਂ ਦੇ ਡੰਡੇ ਵਜਦੇ ਆ ਤੇ ਜੇ ਆਪਣੀਆਂ ਪੀੜ੍ਹੀਆਂ ਰੋਜ਼ਗਾਰ ਨਹੀਂ ਮਿਲ ਰਿਹਾ ਨਾ ਤਾਂ ਨਸ਼ੇ ਵੱਲ ਵੀ ਤਾਂ ਹੀ ਜਾ ਰਹੀਆਂ ਨੇ ਇਹ ਸਰਕਾਰਾਂ ਵਕਾ ਰਹੀਆਂ ਨੇ ਬੱਚੇ ਵੱਤ ਤੋਂ ਵੱਤ ਨਸ਼ੇ ਵੱਲ ਜਾ ਰਿਹਾ ਕੋਈ ਐਂਟ੍ਰੈਂਸ ਟੈਸਟ ਕਲੀਅਰ ਨਹੀਂ ਕਰ ਪਾਉਂਦੇ ਤੇ ਬਸ ਤੁਹਾਨੂੰ ਬੱਗੇ ਪਤਾ ਹੀ ਧੰਨ ਧੰਨ ਕਰਾਈ ਪਈ ਆ ਦੀ ਸਰਕਾਰਾਂ ਦੀ ਤਾਂ ਰਵਾਇਤੀ ਪਾਰਟੀਆਂ ਬਾਰੇ ਕੀ ਕਹੋਗੇ ਜਿਹੜਾ ਹੈਗਾ ਇੰਨੀ ਛੋਟੀ ਉਮਰ ਹੈ ਸਮਾਜ ਨੂੰ ਸੁਧਾਰਨ ਚੱਲਿਓ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣੇ ਤਾਂ ਦੋ ਹੀ ਰਵਾਇਤੀ ਪਾਰਟੀਆਂ ਜਾਦੀ ਨੇ ਇੱਕ ਤਾਂ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਹੋਗੀ ਤੇ ਇੱਕ ਆਪਣੀ ਕਾਂਗਰਸ ਪਾਰਟੀ ਹੋਗੀ ਅਕਾਲੀ ਦਲ ਤੇ ਕਾਂਗਰਸ ਕਾਂਗਰਸ ਪਾਰਟੀ ਦੀ ਤੱਕ ਇੱਥੇ ਗੱਲ ਮੁੱਕ ਜਾਣੀ ਹੈ ਸ਼ੁਰੂ ਹੋਣ ਤੋਂ ਪਹਿਲਾਂ ਕਿ ਜੇ ਪਿਛਲੇ 5 ਸਾਲਾਂ ਦੇ ਵਾਅਦੇ ਨਹੀਂ ਨਾ ਪੂਰੇ ਕਰ ਸਕੇ ਜਿਹੜੇ ਅੱਜ ਵਾਅਦੇ ਕਰ ਰਿਹਾ ਪੂਰੇ ਫਿਰੇ ਉਹ ਵੀ ਨਹੀਂ ਕਰ ਜੇ ਤਾਂ ਇੱਕ ਵਾਰੀ ਵਿਸ਼ਵਾਸ ਟੁੱਟ ਜੇ ਨਾ ਫਿਰ ਭਲਾਂ ਦੀ ਜੋ ਮਰਜ਼ੀ ਕਹਿ ਦੇਣ ਫਿਰ ਉਹ ਵੀ ਪੂਰਾ ਨਹੀਂ ਹੋਣਾ ਇਹਨਾਂ ਤੋਂ ਤੇ ਜਿਹੜੇ ਸ਼ਰੋਮਨੀ ਅਕਾਲੀ ਦਲ ਨਾਲ ਲਿਆ ਇਹਨਾਂ ਦੀ ਇੱਕ ਜ਼ਰੂਰ ਮੈਂ ਇਹਨਾਂ ਦਾ ਪੁਆਇੰਟ ਕਹੂੰਗੀ ਤੁਹਾਨੂੰ ਇਹਨਾਂ ਵੱਲੋਂ ਪੈਸੇ ਦੀ ਸੇਵਾ ਬਹੁਤ ਹੁੰਦੀ ਆ ਪਰ ਜਿਹੜੇ ਇਹਨਾਂ ਦੇ ਮੂਰੇ ਲੀਡਰ ਲੱਗੇ ਹੁੰਦੇ ਆ ਨਾ ਪਿੰਡਾਂ ਦੇ ਵਿੱਚ ਜੇ ਕਿਤੋਂ 1 ਕਰੋੜ ਜਾਂ 2 ਕਰੋੜ ਦੀ ਸਕੀਮ ਆਉਂਦੀ ਆ ਨਾ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੋੜ ਬ ਕਰਤਾ 10-12 ਲੱਖ ਵੀ ਨਹੀਂ ਪਹੁੰਚਦਾ ਉਹਦੇ ਚ ਇਹਦੇ ਚ ਲੀਡਰਾਂ ਦੀ ਕਮੀ ਆ ਸ਼੍ਰੋਮਨੀ ਅਕਾਲੀ ਦਲ ਚ ਉਹ ਜ਼ਰੂਰ ਪੈਸੇ ਵੱਲੋਂ ਸਭ ਦੀ ਮਦਦ ਕਰਦੇ ਨੇ ਪਰ ਲੀਡਰ ਸਨ ਵਿਚਾਲੇ ਪੈਸੇ ਖਾਂਦੇ ਆ ਤੇ ਕਾਂਗਰਸ ਤਾਂ ਆਪਣੇ ਵਾਅਦਿਆਂ ਤੋਂ ਜੇ ਪਹਿਲਾਂ ਮੁੱਕਰ ਗਈ ਤਾਂ ਹੁਣ ਤਾਂ ਵਿਸ਼ਵਾਸ ਉਹਨਾਂ ਤੇ ਰਹੀ ਕੋਈ ਨਹੀਂ ਕੈਪਟਨ ਉਮਰਿੰਦਰ ਸਿੰਘ ਨੇ ਸੌਂ ਖਾਦੀ ਸੀ ਨਸ਼ਾ ਖਤਮ ਕਰਨ ਦੀ ਭਾਜੀ ਬੀਜਪੀ ਗਠਜੰਦਨ ਨੇ ਘੋਸ਼ਣਾ ਕੀਤੀ ਹੈ ਅਸੀਂ ਹਰ ਜ਼ਿਲ੍ਹੇ ਚ ਨਸ਼ਾ ਮੁਕਤੀ ਕੇਂਦਰ ਖੋਲ੍ਹਾਂਗੇ ਤੇ ਸਭ ਨੂੰ ਰੁਜ਼ਗਾਰ ਦੇ ਮੌਕੇ ਵੀ ਦੇਣਗੇ ਮਤਲਬ ਹੁਣ ਮਿਲੇਗਾ ਸਾਡੇ ਬੱਚਾ ਨੂੰ ਅੱਛਾ ਮਾਹੌਲ प्रबल टीएमटी सरिया ਤੁਹਾਡੇ ਪਰੋਸੇ ਦਾ ਪ੍ਰਤੀਕ ਜਰਮਨ ਟੈਕਨੋਲੋਜੀ ਦੇ ਨਾਲ ਬਣਿਆ ਨੌਰਥ ਇੰਡੀਆ ਦਾ ਨੰਬਰ 1 सरिया ਅ ਪ੍ਰੋਡਕਟ ਆਫ ਸਾਲਸਨ ਸਟੀਲਸ ਮੈਂ ਸੁਣਿਆ ਸੀ ਪ੍ਰੀਤਨ ਦੀ ਸਿਹਤ ਖਰਾਬ ਹੈ ਤੁਸੀਂ ਉਹਨੂੰ ਕੋਵਿਡ ਦੀ ਵੈਕਸੀਨ ਹੀ ਲਵਾਈ ਅਸੀਂ ਗਰੀਬਾਂ ਨੇ ਟੀਕਾ ਕਿੱਥੋਂ ਲਾਉਣਾ ਜੀ ਟੀਕਾ ਮਹਿੰਗਾ ਹੀ ਬੜਾ ਹੈ ਸਾਨੂੰ ਸਾਰਿਆਂ ਨੂੰ ਕੇਂਦਰ ਸਰਕਾਰ ਵੱਲੋਂ ਕੋਰੋਨਾ ਦਾ ਮੁਫਤ ਟੀਕਾ ਲੱਗ ਰਿਹਾ ਹੈ ਜਦ ਭਾਜਪਾ ਗਠਬੰਧ ਦੀ ਸਰਕਾਰ ਆਉਗੀ ਉਹ ਕੋਰੋਨਾ 'ਚ ਮਦਦ ਕਰਨ ਵਾਲੇ ਲੋਕਾਂ ਨੂੰ ਪੈਸੇ ਦੇ ਨਾਲ ਹੋਰ ਸਿਹਤ ਸਹੂਲਤਾਂ ਵੀ ਦੇਣਗੇ ਇਹ ਬਹੁਤ ਵਧੀਆ ਗੱਲ ਹੈ ਜੀ ਉਹਨਾਂ ਨੇ ਦਮਦਮਾ ਸਾਹਿਬ ਨਸ਼ਾ ਖਤਮ ਕਰਨ ਦੀ ਸੌਖਾਦੀ ਸੀ ਕਿ ਮੈਂ 4 ਹਫਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੂੰ ਲਗਭਗ 4 ਸਾਲ ਰਾਜ ਕਰ ਗਿਆ ਆਪਣੇ ਤੋਂ ਮੈਂ ਤਾਂ ਕਦੇ ਉਹਨਾਂ ਦੀ ਕੋਈ ਰੈਲੀ ਵੀ ਨਹੀਂ ਸੁਣੀ ਕਿ ਅੱਜ ਉਹਨਾਂ ਦੀ ਕੋਈ ਰੈਲੀ ਹੋ ਰਹੀ ਆ ਨਾ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਕੋਈ ਠੋਰ ਕਦਮ ਚੱਕੇ ਜੇ ਉਹ ਚਾਹੁੰਦੇ ਨਾ ਤਾਂ ਨਸ਼ਾ ਖਤਮ ਕਰ ਸਕਦੇ ਸੀ ਪਰ ਇਹ ਜਿਹੜੀਆਂ ਸਰਕਾਰਾਂ ਰਲ ਕੇ ਨਸ਼ੇ ਵੇਚਣ ਵਾਲਾ ਕੰਮ ਕਰ ਰਹੀਆਂ ਬੂਟਾ ਮਾਰਦੀਆਂ ਜਾਂਦੀਆਂ ਨਾ ਪੰਜਾਬ ਦੇ ਵਿੱਚ ਸਾਡੀ ਨੌਜਵਾਨ ਪੀੜੀ ਦਾ ਪੱਠਾ ਹੀ ਬਾਕੇ ਤਰਦਾ ਹੈ ਤੁਸੀਂ ਮੰਨਦੇ ਹੋ ਕਿ ਸਰਕਾਰਾਂ ਨਸ਼ਾ ਖਤਮ ਕਰ ਸਕਦੀਆਂ ਮੈਂ ਮੰਦੀਆਂ ਜੇ ਤਾਂ ਖਤਮ ਕਰ ਸਕਦੀਆਂ ਇਹ ਜੇ ਇਹ ਸਹੀ ਪਾਸੇ ਚੱਲਣ ਪਰ ਇਹਨਾਂ ਦਾ ਮੋਟੀ ਵੀ ਦੂਜਾ ਹੋਇਆ ਪਿਆ ਇਹ ਆਪਦੇ ਸਮਰਾਜ ਵੱਡੇ ਕਰ ਰਹੀਆਂ ਨੇ ਆਪਣੀ ਆਮ ਜਨਤਾ ਦੀ ਨਹੀਂ ਸੁਣ ਰੇ ਇਹਨਾਂ ਦੇ ਸਮਰਾਜਾਂ ਦੇ ਵਿੱਚ ਆਪਣੀ ਲੋੜਵੰਦਾ ਦੀ ਚੀਕ ਤਾਂ ਕੂਕ ਅੰਗੂ ਵੀ ਨਹੀਂ ਪਹੁੰਚਦੀ ਆਪਣੇ ਮਜ਼ਦੂਰ ਸੜਕਾਂ ਤੇ ਰੁਲਦੇ ਨੇ ਕਿਸਾਨ ਸਾਲ 1.5 ਸਾਲ ਲੰਘੂ ਧਰਨਾ ਲਾਇਆ ਇਨੇ ਦਿੱਲੀ ਸੁਣੀ ਕੀ ਨੇ ਇਹ ਉਦੋਂ ਹੀ ਬਾਹਰ ਨਿਕਲਦੇ ਨੇ ਜਦੋਂ ਵੋਟਾਂ ਆਉਂਦੀਆਂ ਤੇ ਵੋਟਾਂ ਮੰਗਣ ਆਉਂਦੇ ਆ ਆਪਣੇ ਕਾਂਗਰਸ ਪਾਰਟੀ ਰਾਜ ਕਰ ਰਹੀ ਸੀ ਕਦੇ ਕੋਈ ਦੇਖਿਆ ਐਮਐਲਏ ਕਿਸੇ ਦੇ ਗਲੀ ਦੇ ਵਿੱਚ ਫਿਰਦਾ ਹੋਵੇ ਕਦੇ ਦੇਖਿਆ ਕੋਈ ਐਮਐਲਏ ਅਜੋ ਪਿੰਡ ਦਾ ਦੌਰਾ ਕਰਨ ਆਇਆ ਹੋਵੇ ਕਿ ਮੈਂ ਹਾਂ ਵੇਖਾਂ ਦਾ ਸਹੀ ਕੀ ਕੰਮ ਚੱਲ ਰਿਹਾ ਮੇਰੇ ਇਲਾਕੇ ਦੇ ਇਹਨਾਂ ਨੂੰ ਵੋਟਾਂ ਵੇਲੇ ਯਾਦ ਆਉਣੇ ਆਪਾਂ ਰੈਨੂ ਰੈਨੂ ਵਧੀਆ ਗੱਲਾਂ ਕਰ ਰਹੀ ਆਪਾਂ ਪੁੱਛਦੇ ਇਹਨਾਂ ਨੂੰ ਕਿਸਾਨੀ ਕਿਸਾਨੀ ਸੰਘਰਸ਼ ਵੀ ਕਿਤੇ ਗਏ ਤੁਸੀਂ ਜੀ ਮੈਂ ਤਾਂ ਆਪਦੀ ਸਟੱਡੀ ਦੇ ਕਰਕੇ ਉੱਥੇ ਜਾਣਾ ਮੇਰਾ ਔਖਾ ਸੀ ਥੋੜਾ ਜਾਂ ਤੇ ਬਟ ਮੈਂ ਜਿਵੇਂ ਆਪਦੀ ਫੈਮਿਲੀ ਤੋਂ ਸੁਣ ਰਹੀ ਆ ਭਗਵੰਤ ਸਿੰਘ ਮਾਨ ਦੇ ਕਰਕੇ ਹੀ ਆਪਾਂ ਨੂੰ ਕਾਲੇ ਕਾਨੂੰਨਾਂ ਬਾਰੇ ਪਤਾ ਲੱਗਿਆ ਨਾ ਤੇ ਜੇ ਉਹਨਾਂ ਨੇ ਆਪਣੀ ਸੀਐਮ ਨਾ ਹੁੰਦੇ ਹੋਏ ਵੀ ਇੰਨੀ ਮਦਦ ਕਰਤੀ ਤੇ ਜਦੋਂ ਸੀਐਮ ਬਣ ਜਾਣਗੇ ਉਦੋਂ ਕਿੰਨੀ ਵਧੀਆ ਮਦਦ ਕਰਨਗੇ ਉਹ ਇੱਕ ਆਮ ਬੰਦੇ ਨੇ ਆਮ ਇਨਸਾਨ ਨੇ ਆਪਣੇ ਦੁੱਖ ਦਰਦ ਸਮਝਦੇ ਨੇ ਤੇ ਮੈਨੂੰ ਇਹਨਾਂ ਵਿਸ਼ਵਾਸ ਹੈ ਉਹਨਾਂ ਤੇ ਕਿ ਉਹ ਆਪਣੀ ਡਵੈਲਪਮੈਂਟ ਵੀ ਜ਼ਰੂਰ ਕਰਾਉਣਗੇ ਬੜੀ ਬੜੀ ਵੱਡੀ ਸੋਚ ਲੈ ਕੇ ਚੱਲੇ ਹਾਂ ਉਮਰ ਹਲੇ ਬਹੁਤ ਛੋਟੀ ਹੈ ਤੇ ਕਦੇ ਮਾਪਿਆਂ ਵੱਲੋਂ ਇਹ ਨਹੀਂ ਕਿਹਾ ਕਿ ਤੂੰ ਨਾ ਜਾ ਕੁੜੀਏ ਕਿਉਂ ਕੰਮ ਕਰਦੀ ਏ ਨਹੀਂ ਮੇਰੇ ਪੇਰੈਂਟਸ ਬਹੁਤ ਸਪੋਰਟ ਕਰਦੇ ਨੇ ਮੇਰੇ ਪੇਰੈਂਟਸ ਨੇ ਅੱਜ ਤੱਕ ਮੈਨੂੰ ਰੋਕਿਆ ਨਹੀਂ ਕਿਸੇ ਵੀ ਗੱਲੋਂ ਨਾ ਉਹ ਰੁਕਣੋਂ ਤਾਂ ਖੁਦ ਮੇਰੇ ਨਾਲ ਜਾਂਦੇ ਨੇ ਸਪੋਰਟ ਵਾਸਤੇ ਤੇ ਅਜ ਡਾਕਟਰ ਬਲਜੀਤ ਕੌਰ ਦਾ ਪ੍ਰਚਾਰ ਕਰ ਰਹੇ ਹੋ ਤੁਸੀਂ ਕੀ ਚੰਗਾ ਲੱਗਿਆ ਨਾਲ ਚ ਮੈਡਮ ਤੁਸੀਂ ਆਪ ਜੋਚੋ ਜੀ ਐਜ਼ ਅ ਡਾਕਟਰ ਜੋ ਸਰਕਾਰੀ ਲੱਗੇ ਹੋਏ ਹਨ ਉਹ ਆਪਦਾ ਪ੍ਰਾਈਵੇਟ ਹਸਪਤਲ ਬਾਕੀ ਡਾਕਟਰਾਂ ਨੂੰ ਆਪਦੇ ਘਰੇ ਵੀ ਖੋਲ ਸਕਦੇ ਕਿਉਂਕਿ ਉਹਨਾਂ ਕੋਲ ਤਾਂ ਜੌਬ ਹੈ ਲਾਇਸੈਂਸ ਹੈ ਤਾਂ ਉਹਨਾਂ ਨੇ ਕਿਉਂ ਨਹੀਂ ਖੋਲਿਆ ਉਹ ਲੋਕਾਂ ਦੇ ਕਿਉਂ ਫਰੀ ਚ ਆਪਰੇਸ਼ਨ ਕਰਦੇ ਰਹੇ ਜੇ ਉਹਨਾਂ ਦੇ ਦਿਲ ਦੇ ਵਿੱਚ ਸੱਚਾਈ ਹੈ ਉਹਨਾਂ ਦੇ ਨੇਕੀ ਵਾਲੇ ਪਾਸੇ ਮਨ ਹੈ ਜੇ ਉਹ ਚਾਹੁੰਦੇ ਨੇ ਕਿ ਸਾਡੇ ਪੰਜਾਬ ਦੇ ਵਿੱਚ ਕਿਉਂਕਿ ਲੋਕ ਤਾਂ ਪਹਿਲਾਂ ਹੀ ਕਰਜਾਂ ਥੱਲੇ ਡੁੱਬੇ ਪਏ ਆ ਜਿਹੜੀਆਂ ਵਿਚਾਰੀਆਂ ਮਾਤਾ ਬਜ਼ੁਰਗ ਹੁੰਦੇ ਉਹਨਾਂ ਕੋਲ ਪੁੱਛਦਾ ਹੀ ਕੌਣ ਆ ਵਿਚਾਰਿਆਂ ਨੂੰ ਹੁਣ ਇਸ ਟਾਈਮ ਦੇ ਵਿੱਚ ਤੇ ਇਹ ਸਰਕਾਰਾਂ ਨੇ ਇਹ ਮਾਹੌਲ ਬਣਾਏ ਨੇ ਨੌਜਵਾਨ ਨਸ਼ੀਆਂ ਤੇ ਲੱਗ ਗਏ ਤੇ ਰੋਂਦੇ ਕਰਲਾਉਂਦੇ ਮਾਪਿਆਂ ਨੂੰ ਮਗਰ ਛੱਡ ਜਾਂਦੇ ਆ ਤੇ ਆਪ ਤੁਰ ਜਾਂਦੇ ਆ ਸਟਡੀ ਵਿੱਚ ਕਿਹੜੇ ਸਬਜੈਕਟ ਰੱਖੇ ਬੜੇ ਵਧੀਆ ਗੱਲਾਂ ਕਰ ਰਹੇ ਆ ਕਿੱਲਾ ਕਿੱਥੋਂ ਆਉਂਦੀਆਂ ਇਹ ਮੇਰੀ ਫੈਮਲੀ ਤੇ ਮੇਰਾ এনवायरमेंट ਸ਼ੁਰੂ ਤੋਂ ਹੀ ਇਦਾਂ ਦਾ ਰਿਹਾ ਮੈਂ ਜਦੋਂ ਤੋਂ ਹੀ ਛੋਟੀ ਆ ਬਸ ਇਦਾਂ ਦੀਆਂ ਗੱਲਾਂ ਸੁਣਦੀ ਆ ਰਹੀ ਆ ਮੈਂ ਮੇਨ ਮੇਰਾ ਫੋਕਸ ਪੋਲਿਟੀਕਲ ਸਾਇੰਸ ਤੇ ਸੀ ਬਿਕੋਜ਼ ਮੈਂ ਐਡਵੋਕੇਟ ਬੰਨਣਾ ਚਾਹੁੰਨੀ ਆ ਅੱਗੇ ਜਾ ਕੇ ਐਡਵੋਕੇਸ਼ਨ ਕਰਕੇ ਲਾਇਰ ਬੰਨਣਾ ਚਾਹੁੰਨੀ ਆ ਸੋ ਤਾਂ ਕਰਕੇ ਸਬਜੈਕਟ ਵੀ ਉਹਦੇ ਰਿਲੇਟਿਡ ਹੀ ਰੱਖ ਪਾਪਾ ਫਿਰ ਕੁਛ ਨਹੀਂ ਕਹਿੰਦੇ ਫੁੱਲ ਸਪੋਰਟ ਹੈ ਹਾਂਜੀ ਫੁੱਲ ਫੁੱਲ ਤੋਂ ਵੀ ਫੁੱਲ ਸਪੋਰਟ ਹੈ इवन ਦੋ ਕਿ ਮੇਰੇ ਤਾਇਆ ਜੀ ਚਾਚੇ ਜਿੰਨੀ ਵੀ ਮੇਰੀ ਫੈਮਲੀ ਹੈ ਮੇਰੇ ਦਾਦਾ ਜੀ ਤੋਂ ਲੈ ਕੇ ਸਭ ਮੇਰੀ ਫੁੱਲ ਸਪੋਰਟ ਕਰਦੇ ਜਿੰਨੇ ਵੀ ਮੇਰੀ ਫੈਮਲੀ ਦੇ ਵਿੱਚ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਵੱਡੇ ਬਜ਼ੁਰਗਾਂ ਤੱਕ سپورਟ ਕਰਦੇ ਉਹਨਾਂ ਨੂੰ ਵੀ ਪ੍ਰਾਊਡ ਫੀਲ ਹੁੰਦਾ ਕਿ ਸਾਡਾ ਬੱਚਾ ਅਜੇ ਇਸ ਮੁਕਾਮ ਤੇ ਆ ਭਗਵੰਤ ਮਾਨ ਦੇ ਫਿਰ ਫੈਨ ਹੋ ਕੇ ਇਧਰ ਆ ਰਹੇ ਆ ਜ਼ਰੂਰੀ ਪੂਰੇ ਫੁੱਲ ਮੈਂ ਮੈਂ ਕਿ ਮੈਂ ਤਾਂ ਜੇ ਬਹੁਤ ਵੱਡੀਆਂ ਮੈਂ ਤਾਂ ਪਤਾ ਲੱਗ ਗਿਆ ਦੁਨੀਆਦਾਰੀ ਬਾਰੇ ਕਿ ਜ ਸਾਡੇ ਪਿੰਡ ਦੇ ਛੋਟੇ-ਛੋਟੇ ਬੱਚੇ ਵੀ ਝੰਡੇ ਲੈ ਕੇ ਤੇ ਸਟicker ਮੋਡਿਆਂ ਤੇ ਲਾ ਕੇ ਸਪੋਰਟ ਕਰ ਰਹੇ ਆ ਕਿ ਅਸੀਂ ਵੀ ਤੁਹਾਡੇ ਨਾਲ ਅੱਜ ਗੱਲ ਨਸ਼ੇ ਦੀ ਯਾਰ ਜਗਾਰ ਦੀ ਹੈ ਜਿਹੜੇ ਸਾਡੇ ਨੌਜਵਾਨ ਹੈ ਤੇਰੇ ਵਰਗੇ ਬੱਚੇ ਪਲੱਸ 2 ਕਰਕੇ ਕਹਿੰਦੇ ਵੀ ਬਾਹਰ ਜਾਣਾ ਇੱਥੇ ਨਹੀਂ ਰਹਿਣਾਗੇ ਕਿਸਾਨਾਂ ਨੂੰ ਕਣਕ ਤੇ ਜੀਰੀ ਤੇ ਐਮ ਐਸ ਪੀ ਮਿਲਦੀ ਸੀ ਹੁਣ ਫਲਾਂ ਤੇ ਸਬਜ਼ੀਆਂ ਦਾ ਵੀ ਮਿਲਣ ਲੱਗ ਗਿਉ ਮੈਨੂੰ ਲੱਗਦਾ ਹੈ ਬੀ ਜੀ ਪੀ ਲਿਆਣੀ ਪਊ ਪੰਜਾਬ ਦਾ ਮਾਣ ਖੁਸ਼ਹਾਲ ਕਿਸਾਨ ਪ੍ਰਬਲ ਟੀ ਐਮ ਟੀ ਸਰਿਆ ਤੁਹਾਡੇ ਪਰੋਸੇ ਦਾ ਪ੍ਰਤੀਕ ਜਰਮਨ ਟੈਕਨੋਲੋਜੀ ਦੇ ਨਾਲ ਬਣਿਆ ਨਾਰਥ ਇੰਡੀਆ ਦਾ ਨੰਬਰ 1 ਸਰਿਆ ਅ ਪ੍ਰੋਡਕਟ ਆਫ ਸਾਲਸਨ ਸਟੀਲ ਕੀ ਗੱਲ ਹੈ ਬੇਬੇ ਬੜੀ ਉਦਾਸ ਲੱਗ ਰਹੀ ਆ ਤੇਰੇ ਤਾਏ ਦੇ ਗੁਜ਼ਰ ਜਾਣ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਮੇਰੇ ਤੇ ਆਣ ਪਈ ਹੈ ਬੀਜੇਪੀ ਸਾਰੇ ਦਿਵੰਗਾ ਤੇ ਵਿਧਵਾਵਾਂ ਲਈ ਪੈਨਸ਼ਨ ਦੀ ਰਕਮ ਨੂੰ ਵਧਾ ਕੇ ਡਬਲ ਕਰ ਦੇਵੇਗੀ ਤੇ ਤੁਹਾਡੇ ਜੀਵਨ 'ਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਬਾਰ ਜਾਣ ਦਾ ਵੀ ਰੋਲਾ ਕਿਉਂ ਚੱਲੇ ਕਿਉਂਕਿ ਇੰਨੀ-ਇੰਨੀ ਬੱਚੇ ਪੜ੍ਹਾਈ ਕਰਕੇ ਗ੍ਰੈਜੂਏਸ਼ਨ ਕਰਕੇ ਡਿਗਰੀਆਂ ਲੈ ਕੇ ਇੱਥੇ ੱਤਕੇ ਖਾਂਦੇ ਫਿਰ ਰਹੇ ਫਿਰ ਇਦੋਂ ਵਧੀਆ ਤਾਂ ਬਾਹਰ ਜਾ ਕੇ ਐਟਲੀਸਟ ਆਪ ਦਾ ਵਧੀਆ ਕਮਾ ਕੇ ਖਾ ਤਾਂ ਸਕਦੇ ਨੇ ਆਪਦੇ ਪੇਰੈਂਟਸ ਨੂੰ ਤਾਂ ਹਰ ਇੱਕ ਚੀਜ਼ ਦੇ ਸਕਦੇ ਨੇ ਉਹ ਜਿਹੜੀ ਉਹਨਾਂ ਨੂੰ ਲੋੜ ਹੈ ਕਿਉਂਕਿ ਅੱਜ ਦਾ ਸਮਾਂ ਪੰਜਾਬ ਦੇ ਹਾਲਾਤ ਇਹੋ ਜਿਹੇ ਹੋਏ ਪਏ ਨੇ ਬੱਚਿਆਂ ਦੀ ਪੜ੍ਹਾਈ ਵੀ ਵਿਕਦੀ ਐ ਇੱਥੇ ਹੁਣ ਪੜ੍ਹਾਈ ਵੀ ਵਿਕਦੀ ਐ ਹਾਲਾਤ ਹੀ ਇਹੋ ਜਿਹੇ ਹੋਏ ਪਏ ਨੇ ਇੱਥੇ ਪੜ੍ਹਾਈ ਦਾ ਕੋਈ ਮੁੱਲ ਹੀ ਨਹੀਂ ਜਿਹੜੇ ਬੱਚਿਆਂ 'ਚ ਕਲਾ ਹੈ ਜਿਹੜੇ ਬੱਚੇ ਇੰਨੀ ਵਧੀਆ ਐਜੂਕੇਸ਼ਨ ਲੈ ਕੇ ਫਿਰ ਉਹਨਾਂ ਨੂੰ ਪੁੱਛਦਾ ਹੀ ਕੋਈ ਨਹੀਂ ਉਹ ਵਿਚਾਰੇ ਧਰਨੇ ਲਾਉਂਦੇ ਆ ਰੁਜ਼ਗਾਰ ਵਾਸਤੇ ਧਰਨੇ ਲਾਉਂਦੇ ਟੈਂਕੀਆਂ ਤੇ ਚੜ ਜਾਂਦੇ ਕਿਉਂ ਇੱਕ ਵਾਰੀ ਉਹਨਾਂ ਨੂੰ ਪੁੱਛਣ ਤਾਂ ਸਹੀ ਉਹਨਾਂ ਦੀਆਂ ਡਿਗਰੀਆਂ ਚੈੱਕ ਕਰਨ ਤਾਂ ਸਹੀ ਜੇ ਰੁਜ਼ਗਾਰ ਸਰਕਾਰ ਨੇ ਦਿੱਤਾ ਹੀ ਹੁੰਦਾ ਉਹਨਾਂ ਨੂੰ ਟੈਂਕੀਆਂ ਤੇ ਚੜਨ ਦੀ ਲੋੜ ਨਹੀਂ ਪੈਣੀ ਸੀ ਉਮੀਦ ਹੈ ਫਿਰ ਭਗਵੰਤ ਮਾਨ ਤੋਂ ਵੀ ਜੇਕਰ ਆਮ ਆਦਮੀ ਪਾਰਟੀ ਸਰਕਾਰ ਆ ਗਈ ਤੇ ਇਹ ਸਭ ਕੁਝ ਬੰਦ ਹੋਊਗਾ ਨਸ਼ਾ ਬੰਦ ਹੋਊਗਾ ਰੁਜ਼ਗਾਰ ਮਿਲੂਗਾ ਸਾਨੂੰ ਇੱਥੇ ਆਪਣੇ ਮੈਂ ਫੇਰ ਉਹੀ ਗੱਲ ਕਰਨਾ ਨਹੀਂ ਚਾਹੁੰਦੀ ਆਪਣੇ ਕੋ ਆਮ ਇਨਸਾਨ ਹੈ ਨਾ ਉਹ ਵੀ ਇਹ ਸਾਰਾ ਦਿਨ ਉਹ ਤਾਂ ਰਹਿੰਦਾ ਹੀ ਪਿੰਡ ਦੇ ਵਿੱਚ ਆਮ ਹੈ ਨਾ ਉਹ ਸਿਕਿਉਰਿਟੀ ਰੱਖਦੇ ਨਾ ਵੈਸੇ ਕੋਈ ਸਿਕਿਉਰਿਟੀ ਨਾਲ ਲੈ ਕੇ ਜਾਂਦੇ ਜਿਹੜੇ ਦੂਜੇ ਵੱਡੇ ਲੀਡਰ ਹੈ ਬੰਦਾ ਇੱਕ ਹੁੰਦਾ 40 ਗੱਡੀਆਂ ਕਾਫਲੇ ਦੀਆਂ ਹੁੰਦੀਆਂ ਨਜਾਇਜ਼ ਖਰਚੇ ਹੀ ਕਰਜੇ ਹੀ ਪੈ ਰਹੇ ਉੱਤੇ ਭਗਵੰਤ ਸਿੰਘ ਮਾਨ ਦਾ ਸਿੰਪਲ ਆਪਦਾ ਵਧੀਆ ਰਹਿੰਦਾ ਕੱਲ ਉਹਨਾਂ ਦੇ ਮਾਤਾ ਜੀ ਵੀ ਸਾਡੇ ਪਿੰਡ ਆਏ ਸੀਗੇ ਹਾਂਜੀ ਆਲਮਵਾਲਾ ਆਏ ਸੀਗੇ ਤੇ ਆਏ ਸੀ ਉਹ ਵੀ ਸਿੰਪਲ ਹਾਲਾਂਕਿ ਉਹ ਇੱਕ ਐਮਐਲਏ ਦੀ ਮਾਤਾ ਜੀ ਹੈ ਕਿੰਨੇ ਵਾਰੀ ਐਮਐਲਏ ਬਣ ਚੁੱਕੇ ਨੇ ਉਹ ਐਮਪੀ ਬਣ ਚੁੱਕੇ ਨੇ ਤੇ ਐਮਪੀ ਦੇ ਮਾਤਾ ਜੀ ਆ ਫਿਰ ਵੀ ਉਹ ਇਕੱਲੇ ਹੈ ਕਿਉਂ ਕਿਉਂਕਿ ਉਹ ਇੱਕ ਆਮ ਇਨਸਾਨ ਨੇ ਉਹ ਆਪਦੇ ਆਪ ਨੂੰ ਇੱਕ ਆਮ ਇਨਸਾਨ ਮੰਨਦੇ ਨੇ ਤਾਂ ਕਰਕੇ ਤੇ ਫਿਰ ਭਗਵੰਤ ਸਿੰਘ ਜਿਨ੍ਹਾਂ ਦੀ ਮਾਤਾ ਹੀ ਇੰਨੀ ਵਧੀਆ ਸੋਚ ਰੱਖਦੀ ਹੈ ਤੁਸੀਂ ਇਹ ਸੋਚੋ ਦਾ ਪੁੱਤਰ ਕਿਹੜੇ ਮਕਾਮਾਂ ਤੇ ਹੋਣਾ ਓਕੇ ਗੱਲਬਾਤ ਕੀਤੀ ਇਹਨਾਂ ਦੇ ਇਹ ਪਿਤਾ ਜੀ ਵੀ ਸਾਡੇ ਨਾਲ ਨੇੜੇ ਨੂੰ ਦੇ ਗੱਲਬਾਤ ਕਰਾਂਗੇ ਉਹਨਾਂ ਵੀ ਸੱਸ ਕੇ ਵਿੱਚ ਜੀ ਕੀ ਨਾ ਸਾਤਰੀਕਾਲ ਬਾਈ ਜੀ ਬਹੁਤ ਬਹੁਤ ਸੋਟਾ ਧੰਨਵਾਦ ਮੇਰਾ ਨਾਂ ਪਿੰਡ ਦੇ ਵਿੱਚ ਦਾ ਕਾਕਾ ਕਾਕਾ ਜੀ ਕਾਗਜ਼ਾਂ 'ਚ ਮੇਰਾ ਜਗਿੰਦਰ ਸਿੰਘ ਨਾਂ ਆ ਜੀ ਬੜੀ ਵੱਡੀ ਸੋਚ ਲੈ ਕੇ ਬੇਟੀ ਚੱਲੀ ਆ ਤੁਸੀਂ ਜਿਹੜਾ ਆਮ ਆਦਮੀ ਵਾਲਟੀ ਦੀ ਜਿਹੜੀ ਮਦਦ ਕਰ ਰਹੇ ਹੋ ਮੈਂ ਦੇਖ ਰਿਹਾ ਸੀ ਬੜਾ ਵਧੀਆ ਬੋਲ ਰਹੀ ਸੀ ਬੇਟੀ ਤੇ ਕੀ ਕਹਿਣਾ ਜਾਓਗੇ ਇਸ ਬੇਟੀ ਬਾਰੇ ਬੇਟੀ ਬਾਰੇ ਫੁੱਲ ਸਪੋਰਟ ਆ ਜੀ ਕਰੋ ਨਾਲ ਆ ਤੜਕੇ ਤੋਂ ਲੈ ਕੇ ਸ਼ਾਮ ਤੋਂ ਲੈ ਕੇ ਸਵੇਰ ਤੱਕ ਨਾਲ ਪਰਿਵਾਰ ਦੇ ਵਿੱਚ ਹੋਰ ਕੌਣ ਨੇ ਬੱਚੇ ਕਿੰਨੇ ਨੇ ਇੱਕ ਕੱਲੀ ਬੇਟੀ ਹੈ ਇਹ ਆਪਣੇ ਇੱਕ ਮੇਰੀ ਮਿਸ ਜੀ ਹੈ ਸੋਭਾ ਮੈਂ ਸਾਰਾ ਕੰਮ ਕਰ ਕਰਕੇ ਆਇਆ ਪੱਠੇ ਜੀ ਇਹਦਾ ਛੋਟੇ ਜੀ ਜ਼ਿੰਮੇਦਾਰ ਨੇ ਜੀ ਅਸੀਂ ਫੁੱਲ ਸਪੋਰਟ ਆ ਗੁੱਡੀ ਨੂੰ ਜਿੱਥੇ ਸਾਨੂੰ ਕੋਈ ਚ ਬੁਲਾਉਂਦਾ ਸੀ ਜਾਂਦੇ ਆ ਜੀ ਆਪ ਦਾ ਖਰਚਾ ਕਰਕੇ ਜਾਂਦੇ ਆ ਜੀ ਜੀ ਹਾਂ ਜੀ ਤੇ ਐਮੀ ਸਪੋਰਟ ਰੋਗੀ ਇਹ ਬੇਟੀ ਨੂੰ ਕੀ ਕੀ ਬਣਾਉਣਾ ਚਾਹੁੰਦੇ ਤੁਸੀਂ ਇਹਨਾਂ ਨੂੰ ਬਸ ਬਣਾਉਣਾ ਤਾਂ ਪਰਮਾਤਮਾ ਨੇ ਆ ਜੀ ਅਸੀਂ ਤਾਂ ਇਹਨੂੰ ਫੁੱਲ ਸਪੋਰਟ ਦਿਤੀ ਆ ਵੀ ਸਹੀ ਬੰਦਾ ਚੁਣਨਾ ਸਹੀ ਬੰਦੇ ਤੇ ਮਗਰ ਲੱਗਣਾ ਪਿੰਡ ਦੇ ਵਿੱਚ ਮੇਰਾ ਪੁੱਛ ਲਓ ਜੀ ਕੋਈ ਮੈਂ ਕਦੇ ਗਲਤ ਕੰਮ ਨਹੀਂ ਕੀਤਾ ਨਸ਼ਾ ਅੱਜ ਤੱਕ ਮੈਂ ਟੱਚ ਨਹੀਂ ਕੀਤਾ ਜੀ ਖੇਤੀ ਨਾਲ ਮੇਰਾ ਧੰਦਾ ਜੀ ਘਰੇ ਮੈਂ ਪਸ਼ੂ ਪਾਲਦਾ ਜੀ ਠੀਕ ਹੈ ਜੀ ਜੀ ਤੇ ਵਧੀਆ ਕਾਰੋਬਾਰ ਚੱਲਦਾ ਜੀ ਅੱਜ ਅੱਜ ਤੱਕ ਕਿਸੇ ਨੂੰ ਮਾਰੀ ਰਹਿ ਨਹੀਂ ਦਿੱਤੀ ਅੱਜ ਤੱਕ ਕਰ ਮੈਂ ਥਾਣੇ ਨਹੀਂ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਰੀਨੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੋ ਤੁਸੀਂ ਸਾਡੇ ਵਰਗੇ ਬੱਚਿਆਂ ਦੀ ਵੀ ਸੁਣਦੇ ਹੋ ਤੇ ਸਾਡੇ ਵਰਗੇ ਬੱਚਿਆਂ ਨੂੰ ਵੀ ਅੱਗੇ ਲੈ ਕੇ ਜਾਣੇ ਹੋ ਧੰਨਵਾਦ ਇਹ ਗੱਲਬਾਤ ਕੀਤੀ ਜੀ ਰੀਨੂ ਸੇਖੋ ਦੇ ਨਾਲ ਜੋ ਜਿਹੜਾ ਹੈਗਾ ਆਮ ਆਦੀ ਪਾਰਟੀ ਦੀ ਪ੍ਰਚਾਰ ਕਰ ਰਹੇ ਨੇ ਪਲੱਸ 2 ਦੇ ਵਿੱਚ ਪੜ੍ਹਦੇ ਨੇ ਬੜੇ ਵੱਡੇ ਬਦਲਾਅ ਲਿਆਉਣਾ ਚਾਹੁੰਦੇ ਨੇ ਸ੍ਰੀ ਮੁਕਸਰ ਸਾਹਿਬ ਤੋਂ ਭਜਨ ਸਿੰਘ ਸਮਾਗ